ਆ ਦੇਖੋ ਸ਼ਰੇਆਮ ਗੁੰਡਾਗਰਦੀ, ਜਿੱਥੇ ਬਜ਼ੁਰਗ ਮਹਿਲਾ ਦੀ ਦੁਕਾਨ 'ਚ ਇਹ ਗੁੰਡੇ ਵੜ ਜਾਂਦੇ ਨੇ ਤੇ ਇਸ ਦਾ ਸਾਰਾ ਸਮਾਨ ਬਾਹਰ ਸੁੱਟਣ ਲੱਗ ਜਾਂਦੇ ਨੇ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋਈ ਹੈ। ਤਾਂ ਦੁਕਾਨ ਦੇ ਉੱਤੇ ਕਬਜ਼ੇ ਦੀ ਨੀਅਤ ਨਾਲ ਇਹਨਾਂ ਗੁੰਡਿਆਂ ਦੇ ਵੱਲੋਂ ਵੜ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਤਾਂ ਦੁਕਾਨ ਦਾ ਸਾਰਾ ਸਮਾਨ ਇਹ ਬਾਹਰ ਸੁੱਟਣ ਲੱਗ ਜਾਂਦੇ ਨੇ। ਤਾਂ ਮਹਿਲਾਵਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਇਹਨਾਂ ਦੇ ਵੱਲੋਂ ਇਹਨਾਂ ਦੀ ਦੁਕਾਨ ਦਾ ਸਾਰਾ ਸਮਾਨ ਸੀ ਜਿਹੜਾ ਉਹ ਬਾਹਰ ਸੁੱਟ ਦਿੱਤਾ ਸੀ। ਤਾਂ ਦੱਸਦੇ ਕਿ ਦੋ ਬਜ਼ੁਰਗ ਮਹਿਲਾਵਾਂ ਇਸ ਦੁਕਾਨ ਦੇ ਉੱਤੇ ਬੈਠਦੀਆਂ ਨੇ ਤਾਂ ਕਬਜ਼ਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਇਹ ਨੌਜਵਾਨ ਆਉਂਦੇ ਨੇ, ਜਿਸ ਦੇ ਵਿੱਚ ਬਜ਼ੁਰਗ ਮਹਿਲਾਵਾਂ ਨੂੰ ਬਾਹਰ ਕੱਢਣ ਦੇ ਲਈ ਆਪਣੇ ਨਾਲ ਇਹ ਕੁਝ ਮਹਿਲਾਵਾਂ ਨੂੰ ਵੀ ਨਾਲ ਲੈ ਕੇ ਆਉਂਦੇ ਨੇ। ਤਾਂ ਦੱਸਦੇ ਕਿ ਪੁਲਿਸ ਦੇ ਵੱਲੋਂ 8 ਲੋਕਾਂ ਦੇ ਖਿਲਾਫ ਬਾਏ ਨੇਮ ਅਤੇ 30 ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਤਾਂ ਪੁਲਿਸ ਦੇ ਮੁਤਾਬਿਕ ਬਜ਼ੁਰਗ ਮਹਿਲਾ ਦੀ ਸੱਸ ਨੇ ਦੁਕਾਨ ਅੱਗੇ ਵੇਚ ਦਿੱਤੀ ਸੀ, ਜਿਸ ਨੂੰ ਲੈ ਕੇ ਕਬਜ਼ਾ ਕਰਨ ਦੇ ਲਈ ਆਉਂਦੇ ਨੇ। ਜਦਕਿ ਬਜ਼ੁਰਗ ਮਹਿਲਾ ਨੇ ਕਿਹਾ ਕਿ ਉਸਦੇ ਕੋਲ ਕੋਰਟ ਤੋਂ ਵੀ ਸਟੇ ਆਰਡਰ ਹੈ। ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਦੋ ਬਜ਼ੁਰਗ ਮਹਿਲਾਵਾਂ ਦੀ ਦੁਕਾਨ ਦੇ ਵਿੱਚ ਗੁੰਡੇ ਵੜ ਜਾਂਦੇ ਨੇ, ਜਿੱਥੇ ਇਹਨਾਂ ਦੇ ਵੱਲੋਂ ਬਜ਼ੁਰਗ ਮਹਿਲਾ ਦੀ ਦੁਕਾਨ ਦਾ ਸਾਰਾ ਸਮਾਨ ਸੀ ਉਹ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਤਾਂ ਗੱਡੀਆਂ ਦੇ ਵਿੱਚ ਬੈਠ ਕੇ ਆਉਂਦੇ ਨੇ ਇਹ ਨੌਜਵਾਨ, ਜਿਨ੍ਹਾਂ ਦੇ ਵੱਲੋਂ ਇਸ ਬਜ਼ੁਰਗ ਮਹਿਲਾ ਦੀ ਦੁਕਾਨ 'ਚ ਵੜ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਉਹ ਜੀ ਜ਼ਬਰਦਸਤੀ ਕਬਜ਼ਾ ਕਰਨ ਆਏ ਸੀਗੇ, ਜਦੋਂ ਕਿ ਇਹਨਾਂ ਦੁਕਾਨਾਂ ਦਾ ਮਕਾਨ ਦਾ ਮੇਰੇ ਕੋਲ ਸਟੇ ਵੀ ਹੈ, ਜਿਹੜਾ ਹੈਗਾ ਅਦਾਲਤ ਦੇ ਵਿੱਚ ਕੇਸ ਵੀ ਚੱਲ ਰਿਹਾ ਵਾ। ਅਤੇ ਸਟੇ ਚੱਲਣ ਦੇ ਬਾਵਜੂਦ ਸਟੇ ਦੇ ਉਹਨਾਂ ਨੇ ਮੇਰੇ 'ਤੇ ਆ ਕੇ ਜ਼ਬਰਦਸਤੀ ਹਮਲਾ ਕੀਤਾ। 8-10 ਬੁੜੀਆਂ ਸੀਗੀਆਂ, ਬਾਕੀ 24-25 ਬੰਦੇ ਸੀ, ਗੱਡੀਆਂ ਦੇ ਉੱਤੇ ਆਏ ਆ ਉਹ ਆਪਣਾ। ਪਹਿਲਾਂ ਉਹਨਾਂ ਨੇ ਮੈਨੂੰ ਜ਼ਬਰਦਸਤੀ ਧੱਕਾ ਦੇ ਕੇ ਪਿੱਛੇ ਸੁੱਟਿਆ। ਉਸ ਤੋਂ ਬਾਅਦ ਉਹਨਾਂ ਨੇ, ਜਦੋਂ ਮੈਂ ਭੱਜ ਕੇ ਫਿਰ ਵੀ ਦੁਕਾਨ ਦੇ ਵਿੱਚ ਆਈ, ਜਦ ਤੱਕ ਉਹਨਾਂ ਨੇ ਮੇਰਾ ਸਮਾਨ ਸੁੱਟਣਾ ਬਾਹਰ ਸ਼ੁਰੂ ਕਰਤਾ। ਸਮਾਨ ਸੁੱਟ ਕੇ ਅਤੇ ਜਿੰਦੇ ਲਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਮੈਂ ਅੰਦਰ ਗਈ ਅਤੇ ਮੈਨੂੰ ਅੰਦਰੋਂ ਚੱਕ ਕੇ 4-5 ਮੁੰਡਿਆਂ ਨੇ ਬਾਹਰ ਸੁੱਟਤਾ। ਅਤੇ ਮੇਰੇ ਜਿਹੜਾ ਚੈਨੀ ਵਗੈਰਾ ਪਾਈ ਵੀ ਸੀਗੀ, ਮੇਰੇ ਗੱਲੇ 'ਚ ਸਮਾਨ ਪਿਆ, ਪੈਸੇ ਉਹ ਲੁੱਟ ਕੇ ਲੈ ਗਏ। ਹੋਰ ਜਿਹੜਾ ਸਮਾਨ ਜਿੰਨਾ ਜਿੰਨਾ ਉਹਨਾਂ ਦੇ ਹੱਥ ਆਈ ਗਿਆ ਲਈ ਗਏ। ਕੈਮਰੇ ਮੇਰੇ ਪੱਟ 'ਤੇ ਕੋਈ ਮਤਲਬ ਇਸ। ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਪੁਲਿਸ ਆਈ ਹੈ, ਉਹਨਾਂ ਨੇ ਆ ਕੇ ਉਹ ਕੋਲ ਖੜ੍ਹੇ ਸੀਗੇ ਸਾਰੇ, ਉਹਨਾਂ ਨੇ ਅਰੈਸਟ ਕਰਨ ਦੀ ਥਾਂ ਦੇ ਉੱਤੇ ਇਹ ਗੱਲ ਕਹੀ ਹੈ ਵੀ ਚਲੋ ਜੀ ਤੁਸੀਂ ਸਾਰੇ ਥਾਣੇ ਆ ਜਾਓ, ਉੱਥੇ ਗੱਲ ਕਰਦੇ ਹਾਂ। ਦੁਕਾਨ ਜੀ ਮੇਰੀ ਹੈ। ਮੈਨੂੰ ਜੀ ਆਪਣਾ ਸਹੀ, ਮੈਨੇ ਪਹਿਲਾਂ ਤਾਂ ਮੇਰੇ ਸਹੁਰਾ ਸਾਹਿਬ ਸੀ, ਉਸ ਤੋਂ ਬਾਅਦ ਮੇਰੇ ਹਸਬੈਂਡ ਅਤੇ ਮੇਰਾ ਬੇਟਾ ਕਰਦੇ ਸੀਗੇ, ਫਿਰ ਮੈਂ ਕਰਨ ਲੱਗ ਗਈ ਸੀਗੀ। ਉਸ ਤੋਂ ਬਾਅਦ ਮੈਂ 2-3 ਕਿਰਾਏਦਾਰ ਵੀ ਬਦਲਤੇ ਹੈ, ਕਿਉਂਕਿ ਜਿੰਨੀ ਦੇਰ ਮੇਰੇ ਤੋਂ ਹੁੰਦਾ ਕੰਮ ਮੈਂ ਉਨੀ ਦੇਰ ਕਰਦੀ ਹਾਂ, ਉਦੋਂ ਬਾਅਦ ਫਿਰ ਉਹ ਕਰੀ ਜਾਂਦੇ ਕੰਮ। ਹਾਂਜੀ ਮੈਂ ਇਕੱਲੀ ਹੋਈ ਹਾਂ, ਮੈਂ ਹੈ ਹੀ ਇਕੱਲੀ ਹਾਂ ਜੀ। ਹਸਬੈਂਡ ਮੇਰੇ ਪੂਰੇ ਹੋ ਗਏ ਆ, ਬੇਟਾ ਮੇਰਾ ਬਾਹਰ ਹੈ। ਇਕੱਲੀ ਜਨਾਨੀ ਦੇਖ ਕੇ ਤਾਂ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਵਾ। ਉਹ ਜੀ ਸਾਡੇ ਹੈ ਤਾਂ ਮਤਲਬ ਸ਼ਰੀਕੇ 'ਚੋਂ ਹੀ, ਪਰ ਜਦੋਂ ਕਹਿੰਦੇ ਹੁੰਦੇ ਸ਼ਰੀਕਾ ਵੀ ਉਹੀ ਹੈ, ਸਸਾਕਾ ਉਹ ਹੈ ਜਿਹੜਾ ਕੰਮ ਆਵੇ। ਜਿਨ੍ਹਾਂ ਨੇ ਇੱਕ ਜਨਾਨੀ ਦੀ ਇੱਜ਼ਤ ਹੀ ਨਹੀਂ ਸੋਚੀ ਵੀ ਇਹ ਵੀ ਨੂੰਹ ਧੀ ਹੈ ਪਿੰਡ ਦੀ, ਅਸੀਂ ਇਹ ਕੰਮ ਕਰਦੇ ਹਾਂ। ਜੇਕਰ ਉਹਨਾਂ ਨੇ ਕਬਜ਼ਾ ਲੈਣਾ ਸੀ ਅਦਾਲਤ ਦੇ ਰਾਹੀਂ ਆਉਂਦੇ, ਜਾਂ ਮੈਨੂੰ ਦੱਸ ਕੇ ਆਉਂਦੇ ਵੀ ਅਸੀਂ ਕਬਜ਼ਾ ਲੈਣਾ, ਤੂੰ ਆਪਦੇ ਬੰਦੇ ਬੁਲਾ ਲਾ, ਫਿਰ ਦੇਖ ਲੈਂਦੇ ਵੀ ਚਾਹੇ ਉਹ ਲੈ ਲੈਂਦੇ ਚਾਹੇ ਮੈਂ ਲੈ ਲੈਂਦੀ। ਬਾਕੀ ਕਾਨੂੰਨ ਦੀ ਇਹਨਾਂ ਨੇ ਉਲੰਘਣਾ ਕੀਤੀ ਹੈ, ਸਟੇ ਹੋਣ ਦੇ ਬਾਵਜੂਦ ਇਹ ਕਬਜ਼ਾ ਨਹੀਂ ਸੀ ਲੈ ਸਕਦੇ। ਜਿਹੜੇ ਬੰਦੇ ਲੈ ਕੇ ਆਏ ਆ, ਮੈਨੂੰ ਨਹੀਂ ਪਤਾ ਵੀ ਇਹ ਬੰਦੇ ਕੌਣ ਆ। ਗੱਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਉਵੇਂ ਗੱਡੀਆਂ ਆਈਆਂ, ਕੈਮਰਿਆਂ 'ਚ 2 ਕੈਮਰੇ ਮੇਰੇ ਪੱਟ ਕੇ ਲੈ ਗਏ, 1 ਕੈਮਰਾ ਮੇਰਾ ਲੱਗਾ ਹੋਇਆ ਸੀਗਾ, ਉਹ ਇਹਨਾਂ ਨੂੰ ਪਤਾ ਨਹੀਂ ਸੀ, ਗੁਪਤ ਸੀ, ਜਿਹਦੇ 'ਚ ਕੀ ਇਹ ਸਾਰੀ ਰਿਕਾਰਡਿੰਗ ਹੋ ਗਈ ਵੀ ਇਹ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ। ਪੁਲਿਸ ਆਈ ਹੈ ਜੀ, ਪੁਲਿਸ ਕਾਰਵਾਈ ਜਦੋਂ ਮਤਲਬ ਹੁਣ ਦੋਸ਼ੀ ਤੋਂ ਉਵੇਂ ਤੁਰੇ ਫਿਰਦੇ ਆ।
ਜਦੋਂ ਕਿ ਕਬਜ਼ਾ ਜਿਹੜਾ ਹੈਗਾ ਲੈਣ ਆਏ ਆ, ਇੰਨੀਆਂ ਗੱਡੀਆਂ ਆਈਆਂ, ਗੱਡੀਆਂ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ, ਲੁੱਟ ਖੋਹ ਦਾ ਵੀ ਪਰਚਾ ਹੋਣਾ ਚਾਹੀਦਾ, ਜਿਸ ਤਰ੍ਹਾਂ ਉਹ ਸਮਾਨ ਸੁੱਟਿਆ ਉਹਨਾਂ ਨੇ, ਜਿਵੇਂ ਸਮਾਨ ਚੱਕ ਕੇ ਲਗਾਏ ਆ, ਉਹਨਾਂ ਨੂੰ ਦੋਸ਼ੀਆਂ ਨੂੰ ਹੁਣ ਤੱਕ ਤਾਂ ਸਜ਼ਾ ਮਿਲਣੀ ਚਾਹੀਦੀ ਸੀਗੀ, ਹੁਣ ਤੱਕ ਤਾਂ ਉਹ ਕਾਬੂ ਹੋਣੇ ਚਾਹੀਦੇ ਸੀਗੇ, ਜਦੋਂ ਕਿ ਉਹ ਬਾਹਰ ਤੁਰੇ ਫਿਰਦੇ। ਮੇਰੇ ਵਰਗੀ ਨੂੰ ਡਰ ਹੈ ਵੀ ਇਹ ਜਿਹੜਾ ਅੱਜ ਦਾ 40-50 ਬੰਦੇ ਲੈ ਕੇ ਆਇਆ ਸਨੇ ਬੁੜੀਆਂ, ਕੱਲ੍ਹ ਨੂੰ ਜਿਹੜਾ ਹੈਗਾ ਮੈਂ ਇਕੱਲੀ ਜਨਾਨੀ ਹੋਈ, ਹੁਣ ਤਾਂ ਮੇਰੇ ਰਿਸ਼ਤੇਦਾਰ ਬੈਠੇ, ਕਿੰਨੇ ਕੁ ਦੇਰ ਰਿਸ਼ਤੇਦਾਰ ਬੈਠਣਗੇ? ਆਫਟਰ ਆਲ ਮੈਂ ਇਕੱਲੀ ਨਹੀਂ ਰਹਿਣਾ ਵਾ, ਮੈਨੂੰ ਕਦੋਂ ਮਰਜ਼ੀ ਮਾਰ ਕੇ ਜਾ ਸਕਦੇ, ਮੈਨੂੰ ਤਾਂ ਇਹ ਤੋਂ ਡਰ ਆ ਪੂਰਾ। ਅਸੀਂ ਜੀ ਦੁਕਾਨ ਆ, ਇਹਦੇ ਨਾਲ ਮੈਂ ਕੰਮ ਕਰਾਉਣੀ, ਇਹ ਤੋਂ ਮੈਂ ਸਿੱਖਦੀ, ਇਹਨੇ ਮੈਨੂੰ ਦੁਕਾਨ ਪਾ ਕੇ ਦਿੱਤੀ ਆ, ਇਹਨੇ ਬਾਹਰ ਚਲੀ ਜਾਣਾ ਸੀ, ਦੁਕਾਨ ਇਹਨੇ ਮੈਨੂੰ ਸੰਭਾਲ ਦੇਣੀ ਸੀਗੀ, ਹੁਣ ਵੀ ਮੇਰਾ ਹਿੱਸਾ ਪੱਤੀ ਪੂਰਾ ਬਰਾਬਰ ਆ ਦੁਕਾਨ ਦੇ ਵਿੱਚ, ਵੀ ਮਤਲਬ ਅੱਧੀ ਦੁਕਾਨ ਇਹਦੀ, ਅੱਧਾ ਮੇਰਾ ਸਮਾਨ ਪਾਇਆ ਹੋਇਆ। ਮੈਂ ਤਾਂ ਸਿੱਖਦੀ ਹਾਂ, ਮੇਰੀ ਦੁਕਾਨ ਕਿਰਾਏ 'ਤੇ ਲਈ ਹੋਈ ਆ, ਉਹਨਾਂ ਨੇ ਜੀ ਮੇਰਾ ਇੰਨਾ ਸਮਾਨ ਚੱਕ ਚੱਕ ਬਾਹਰ ਸਿੱਟਿਆ, ਕੁਛ ਲੈ ਗਏ ਤਵੇ ਲੈ ਗਏ, ਇੱਕ ਬਾਲਟੀ ਸੀ ਉਹ ਲੈ ਗਏ, ਦੇਸੀ ਘਿਓ ਦੇ ਪੀਪੇ ਮੈਂ ਸਾਹਮਣੀ ਦੁਕਾਨ ਵਾਲੇ ਮੁੰਡੇ ਤੋਂ ਲਏ ਆ। ਮੈਂ ਆਖਿਆ ਵੀ ਮੈਂ ਥੋੜ੍ਹੇ ਤੱਕ ਪੈਸੇ ਦੇ ਦੂੰਗੀ ਅਤੇ ਵੀ ਸਾਡਾ ਵੀ ਇਹ ਦੇ ਪੁੱਤ, ਉਹ ਕਹਿੰਦਾ ਲੈ ਲਓ ਆਂਟੀ। ਉਹਨਾਂ ਨੇ ਮੇਥੋਂ 2 ਨੈਸਲੇ ਘਿਓ ਦੀਆਂ ਪੇਟੀਆਂ ਮੈਂ ਉੱਥੋਂ ਲਈਆਂ, ਹੋਰ ਮੇਰਾ ਤੇਲ ਸੀਗਾ ਉਹ ਵੀ, ਬਾਕੀ ਮੇਰੇ ਗੱਲੇ ਦੇ ਵਿੱਚ ਪੈਸੇ ਸੀਗੇ 10,000 ਦੇ ਨੇੜੇ, ਮੈਂ ਜੰਟਾਂ ਨੂੰ ਦੇਣੇ ਸੀਗੇ, ਉਹ ਜੰਟਾਂ ਨੂੰ ਮੈਂ ਡੀਕਦੀ ਸੀ, ਆਏ ਨਹੀਂ, ਉਹਦੇ ਨੂੰ ਹਮਲਾ ਹੋ ਗਿਆ, ਉਹ ਵੀ ਮੇਰੇ ਪੈਸੇ ਲੈ ਗਏ ਚੱਕ ਕੇ, ਕੁਛ ਮੈਂ ਘਰੋਂ ਲਿਆਈ ਸੀ, ਕੁਛ ਮੇਰੇ ਦੋਨਾਂ ਦੁਕਾਨਾਂ ਦੀਆਂ ਸੀਗੇ, ਉਹ ਵੀ ਮੇਰੀ ਸਾਹਮਣੀ ਦੁਕਾਨ ਹੈ ਵੀ ਮੇਰੀ ਦੁਕਾਨ, ਦੋਨਾਂ ਦੁਕਾਨਾਂ ਦੇ ਪੈਸੇ ਮੈਂ ਇੱਕ ਥਾਂ ਰੱਖੀ ਬੈਠੀ ਸੀ। ਹਾਂਜੀ, ਖਿੱਚ ਤੂੰ ਹੋਈ, ਜਦੋਂ ਇਹਨਾਂ ਨੂੰ ਖਿੱਚਿਆ ਫਿਰ ਮੇਰਾ ਸਮਾਨ ਸਿੱਟਣ ਲੱਗੇ, ਮੈਂ ਵੀ ਆਪਦਾ ਵੀ ਜਿੰਨੀ ਕੁ ਬਾਂਹ ਮੈਥੋਂ ਲੱਗੀ ਮੈਂ ਲਾਈ, ਫਿਰ ਮੈਨੂੰ ਕਹਿੰਦੇ ਆਂਟੀ ਤੂੰ ਅਸੀਂ ਤੇਰਾ ਸਮਾਨ ਦਵਾ ਦਾਂਗੇ, ਮੁੰਡੇ ਕਹਿੰਦੇ ਵੀ ਸਾਡੀ ਕੋਈ ਚੀਜ਼ ਦਾ ਨੁਕਸਾਨ ਨਾ ਕਰੀ। ਮੈਂ ਗੱਡੀਆਂ 'ਚ ਵੀ ਲੱਗੀ ਸੀ ਵੀ ਮੈਂ ਤੁਹਾਡੀ ਭੰਨ ਤੋੜ ਕਰੂੰ, ਤੁਸੀਂ ਮੇਰੀ ਕੀਤੀ ਆ, ਉਹ ਕਹਿੰਦੇ ਨਹੀਂ ਆਂਟੀ ਤੇਰਾ ਮਾਜਵਾ ਸੀ, ਜੋ ਵੀ ਬਣਿਆ ਇਹ ਤੋਂ ਦਵਾਵਾਂਗੇ, ਪਰ ਤੂੰ ਗੱਡੀ ਨੂੰ ਨਾ ਕਿਸੇ ਨੂੰ ਛੇੜ। ਫਿਰ ਇਹਨੂੰ ਵਾਲਾ ਮੈਂ ਜ਼ਰੂਰ ਛਡਾਈ ਆ, ਜਦੋਂ ਇਕੱਲੀ ਬੁੜੀ ਆ ਇਹਨੂੰ ਕੋਈ ਛਡਾਉਣ ਵਾਲਾ ਨਹੀਂ, ਮੈਂ ਛਡਾਈ ਆ ਮੂਹਰੇ ਹੋ ਕੇ, ਮੇਰੀ ਕੋਈ ਖੁੰਡੀ ਦੀ ਵੀ ਨਿਸ਼ਾਨੀ ਹੈਗੀ ਆ, ਪਰ ਮੇਰਾ ਕੋਈ ਰੌਲਾ ਨਹੀਂ ਸੀ, ਮੈਂ ਤਾਂ ਛਡਾਇਆ ਇਹਨੂੰ। ਬਾਕੀ ਮੈਨੂੰ ਗੁੱਸਾ ਚੜਿਆ ਜਦੋਂ ਮੇਰਾ ਸਮਾਨ ਭੰਨਣ ਤੋੜਨ ਲੱਗ ਗਏ, ਮੇਰਾ ਲੈ ਵੀ ਗਏ ਤਵੇ ਪ੍ਰਾਂਤਾਂ, ਕੁਛ ਮੇਰੀ ਸਬਜ਼ੀ ਉਹ ਦੁਕਾਨ 'ਤੇ ਧੁੱਪ ਸੀ ਮੈਂ ਸਾਹਮਣੀ ਦੁਕਾਨ 'ਤੇ ਰੱਖ ਲਈ, ਉਹ ਵੀ ਉਹਨਾਂ ਨੇ ਸੜਕ 'ਤੇ ਖਿਲਾਰਤੀ, ਮੈਨੂੰ ਬਹੁਤ ਦੁੱਖ ਆਇਆ। ਫਿਰ ਮੈਂ ਕਿਹਾ ਮੈਂ ਤੁਹਾਡੀਆਂ ਗੱਡੀਆਂ ਭੰਨੂ, ਤੁਸੀਂ ਮੇਰਾ ਇੰਨਾ ਨੁਕਸਾਨ ਕੀਤਾ। ਉਹ ਕਹਿੰਦੇ ਆਂਟੀ ਤੇਰੇ ਨੁਕਸਾਨ ਦੇ ਅਸੀਂ ਪੈਸੇ ਦੇਵਾਂਗੇ, ਪਰ ਸਾਡੀ ਗੱਡੀ ਨੂੰ ਹੱਥ ਨਾ ਲਾਈ। ਮੈਂ ਕਿਹਾ ਵੀ ਠੀਕ ਆ, ਹੁਣ ਤੁਹਾਡੀ ਜ਼ਿੰਮੇਵਾਰੀ ਆ, ਹੁਣ ਕੋਈ ਪੁਲਿਸ ਵਾਲੇ ਨਹੀਂ ਉੱਤਾ ਵਾਚਦੇ, ਕੋਈ ਸਾਡੇ ਕੋਈ ਹੋਰ ਨਹੀਂ, ਵੀ ਚਲੋ ਮੇਰਾ ਕੀ ਕਸੂਰ ਆ, ਚਲੋ ਰੌਲਾ ਹੋਊ ਇਹਨਾਂ ਦਾ, ਹੋਊ ਲੈਣ ਦੇਣ ਇਹਨਾਂ ਦਾ ਹੋਊ, ਪਰ ਮੇਰਾ ਤਾਂ ਕੋਈ ਕਸੂਰ ਨਹੀਂ, ਮੇਰਾ ਕਾ ਤਾਂ ਲੁੱਟਾ ਖੋਹੀ ਕੀਤੀ ਉਹਨਾਂ ਨੇ। ਹਾਂਜੀ, ਅਸੀਂ ਕਿਰਾਏ 'ਤੇ, ਮੇਰੀ ਉਹ ਸਾਹਮਣੀ ਦੁਕਾਨ ਵੀ ਕਿਰਾਏ 'ਤੇ ਆ, ਇਹ ਵੀ ਦੁਕਾਨ, ਇਹ ਕਹਿੰਦੇ ਤੁਸੀਂ ਸਿੱਖ ਲਓ, ਇਹਨਾਂ ਨੇ ਸਾਡਾ ਹਿੱਸਾ ਪਵਾ ਲਿਆ, ਮੈਂ ਇਸ ਦੁਕਾਨ 'ਤੇ ਵੀ ਬੈਠੀ ਹਾਂ, ਮੈਂ ਦੋਨਾਂ ਦੁਕਾਨਾਂ ਦੀ ਮੈਂ ਜ਼ਿੰਮੇਵਾਰ ਹਾਂ, ਅਤੇ ਬਾਕੀ ਮੁੱਢ ਇਹ ਆ, ਪਿੱਛੋਂ ਮੈਂ ਹਾਂ। ਇਹਦੇ ਸੰਬੰਧੀ ਜੀ FIR ਨੰਬਰ 40 ਅੰਡਰ ਸੈਕਸ਼ਨ 427 447 511 149 IPC ਦਰਜ ਕੀਤੀ ਗਈ ਹੈ ਜੀ। ਟੋਟਲ 8 ਬੰਦੇ ਹੈ ਜੀ ਇਹਦੇ 'ਚ, ਇਹਦੇ 'ਚ ਇੱਕ ਆਪਣੇ ਹੈਗੇ ਮਦਈ ਰੇਨੂ ਵਾਲਾ ਜੀ, ਠੀਕ ਹੈ ਜੀ, ਉਹਨਾਂ ਵੱਲੋਂ ਦਰਜ ਕਰਾਈ ਗਈ ਹੈ ਜੀ। ਉਹਨਾਂ ਦੀ ਸੱਸ ਵੱਲੋਂ ਆਪਣੀ ਜਗ੍ਹਾ ਵੇਚੀ ਗਈ ਸੀਗੀ, ਲਾਲ ਲਕੀਰ ਦੇ ਅੰਦਰ ਜਗ੍ਹਾ, ਉਹ ਜੋ ਇਹਨਾਂ ਨੇ ਲਈ ਸੀਗੀ ਉਹ ਇੱਥੇ ਕਬਜ਼ਾ ਕਰਨ ਆਏ ਸੀ, ਜਿਸ ਵਜੇ FIR ਦਰਜ ਕੀਤੀ ਗਈ ਹੈ। ਕੌਣ ਲੋਕ ਸੀਗੇ ਜੀ ਜਿਹੜੇ ਕਬਜ਼ਾ ਕਰਨ ਆਏ ਸੀ? ਉਹ ਵੀ ਕੋਕਰੀ ਪਿੰਡ ਦੇ ਹੀ ਸੀਗੇ, ਜਿਨ੍ਹਾਂ ਨੂੰ ਇਹਨਾਂ ਨੇ ਜ਼ਮੀਨ ਆਪਦੀ ਜਗ੍ਹਾ ਵੇਚੀ ਸੀਗੀ। ਉਹਨਾਂ ਦੇ ਵਿੱਚ ਇੱਕ ਗੁਰਪ੍ਰੀਤ ਜੀ, ਇੱਕ ਹੈਗੇ ਗੁਰਪ੍ਰੀਤ ਸਿੰਘ, ਐਂਡ ਇੱਕ ਹੈਗੇ ਆ ਜੀ ਆਪਣੇ ਤ੍ਰਿਪਤਾ ਰਾਣੀ ਜੀ। ਇਹ ਰੇਨੂ ਬਾਲਾ ਕਿੰਨੀ ਦੇਰ ਤੋਂ ਇੱਥੇ ਦੁਕਾਨਾਂ ਦੇ ਵਿੱਚ ਹੈ, ਕਿੰਨੀ ਦੇਰ ਤੱਕ ਰਹਿੰਦੀ ਹੈ ਇੱਥੇ? ਇਹ ਸ਼ੁਰੂ ਤੋਂ ਹੀ ਆਪਣੇ ਇੱਥੇ ਰਹਿ ਰਹੀ ਹੈ ਜੀ। ਇਹਨਾਂ ਦਾ ਜਿਹੜਾ ਜੱਦੀ ਪਿੰਡ ਆ,
ਇਹਦੀ ਸੱਸ ਜਿਹੜੀ ਆ ਉਹ ਆਪਣੀ ਲੜਕੀ ਕੋਲ ਰਹਿੰਦੀ ਹੈ, ਇੱਥੇ ਰਹਿ ਰਹੀ ਹੈ। ਇਹ ਕਬਜ਼ਾ ਕਰਨ ਆਏ ਸੀਗੇ ਜਿਹੜੇ ਲੋਕ ਸੀਗੇ? ਇਹਨਾਂ ਨੇ ਜ਼ਮੀਨ ਖਰੀਦੀ ਸੀਗੀ ਇਹ ਜਗ੍ਹਾ, ਉਹ ਹੁਣ ਕਬਜ਼ਾ ਕਰਨ ਆਏ ਸੀ ਇੱਥੇ ਜੀ, ਉਸ ਸੰਬੰਧੀ ਵਰਤਾ। ਰਿਨੂਵਾਲਾ ਦਾ ਕਹਿਣਾ ਕਿ ਉਹਨਾਂ ਕੋਲ ਸਟੇਅ ਵੀ ਹੈ, ਸਟੇਅ ਦੇ ਬਾਵਜੂਦ ਵੀ ਉਹਨਾਂ ਨੇ? ਹਾਂਜੀ, ਇਹਦੇ 'ਤੇ ਸਟੇਅ ਲੱਗਾ ਜੀ, ਉਹਦੀ ਤਰੀਕ ਹੈਗੀ ਹੈ 2-7 ਤਰੀਕ ਹੈ ਜੀ, ਇਸੇ ਕਰਕੇ ਜੀ ਪਰਚਾ ਲੱਗ ਗਿਆ। ਕੋਈ ਗ੍ਰਿਫਤਾਰੀ ਹੋਈ ਜੀ ਇਹਦੇ 'ਚ? ਇਹਦੇ 'ਚ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਟੀਮਾਂ ਬਣਾਈਆਂ ਜੀ, ਜਿਵੇਂ ਗ੍ਰਿਫਤਾਰੀ ਹੋਊਗੀ ਉਵੇਂ ਅਪਡੇਟ ਕੀਤੀ ਹੈ। CCTV ਦੇ ਵਿੱਚ ਵੀ ਸਾਹਮਣੇ ਆਇਆ ਕਿ ਕਾਫੀ ਲੋਕ ਜਿਹੜੇ ਆਉਂਦੇ ਨੇ ਸਮਾਨ ਸਮੂਨ ਬਾਹਰ ਛੱਡਦੇ ਨੇ? ਹਾਂਜੀ, ਉਹਦੇ ਵਿੱਚ ਜਿੰਨੇ ਵੀ ਜੋ ਆਈਡੈਂਟੀਫਾਈ ਹੋਏ ਆ ਉਹਨਾਂ ਵੱਲੋਂ ਅਸੀਂ ਬਾਏ ਨੇਮ 8 ਦਰਜ ਕੀਤੇ ਗਏ ਆ, ਜੋ ਅਨਆਈਡੈਂਟੀਫਾਈਡ ਹੈ ਉਹ ਵੀ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਵੀ ਗ੍ਰਿਫਤਾਰੀ ਕਰ।